ਆਪਣਾ ਮਾਂ ਪਿਓ ਕੀ ਅੱਜ ਮਰਦੇ ਭਰਦੇ ਦੂਜਾ ਦਿਨ ਜਨਾਨੀਆਂ ਤੇ ਨੀ ਨਾ ਲੱਭਦੀਆਂ ਹੁਣ ਆਂਦੇ ਨੇ ਸੁਲਾਹ ਕਰ ਲੈ ਮੈਂ ਕਿਹਾ ਮੇਰਾ ਪਿਓ ਤੇ ਮੇਰੀ ਮਾਂ ਮੇਰੀ ਜਨਾਨੀ ਕੋ ਮਾਫ਼ੀ ਮੰਗਣ ਮੈਂ ਘਰ ਆ ਜਾਂਦਾ ਮੇਰੀ ਕਾਹਦੀ ਲੜਾਈ ਛੋਟੇ ਭਰਾ ਨੇ ਐਸਾ ਮਾਰਿਆ ਸਰ ਤਿੰਨ ਦਿਨ ਹੋ ਗਏ ਮੇਰਾ ਅੰਦਰੋਂ ਦਿਲ ਰੋਂਦਾ ਮੈਂ ਦਿਲ ਨਹੀਂ ਕਰਦੀ ਮੈਂ ਰੋਟੀ ਖਾਂ ਛੋਟੇ ਭਰਾ ਦਾ ਕੀ ਹੱਕ ਬਣਦਾ ਉਹਨੂੰ ਮਾਰਨ ਦਾ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤਾਂ ਫਿਰ ਲੱਭ ਜਾਂਦੇ ਦੋਵੇਂ ਜੀ ਤੋਂ ਮਾਫ਼ੀ ਮੰਗਣਗੇ ਤੇ ਘਰ ਜਾਣਾ ਹੁਣ ਲੋਕਾਂ ਨੂੰ ਜਾ ਕਹਿੰਦੇ ਸਾਡੀ ਸੁਲਾਹ ਕਰਾਓ ਮੈਂ ਪਾਗਲ ਹਾਂ ਜਨਾਨੀ ਨੂੰ ਮਾਰ ਪਵਾ ਕੇ ਤੇ ਹੁਣ ਸੁਲਾਹ ਕਰ ਲਵਾਂ ਹਾਈ ਸਾਹਿਬ ਮੇਰੇ ਵਾਸਤੇ ਸਭ ਕੁਛ ਛੱਡ ਕੇ ਆਈਏ ਮੈਂ ਹੁਣ ਉਹਦੇ ਉਹਨੂੰ ਦਲੀਲ ਕਰਵਾਵਾਂ ਉਹ ਕਿਸੇ ਦੀ ਜੰਮੀ ਨਹੀਂ ਹੈ ਮੇਰੀ ਵੱਡੀ ਭੈਣ ਲੜ ਕੇ ਆਈ ਅੱਠ ਦਿਨ ਤੇ ਅੰਮਾ ਮੇਰੀ ਚੁੱਪ ਨਹੀਂ ਸੀ ਕਰਦੀ ਹੁੰਦੀ ਮੇਰੀ ਧੀ ਘਰ ਆ ਗਈ ਉਹ ਕਿਸੇ ਦੀ ਧੀ ਨਹੀਂ ਹੈ ਇਹਨਾਂ ਦੀਆਂ ਬਹੁਤੀਆਂ ਲੱਗਦੀਆਂ ਨੇ ਜਨਾਨੀਆਂ ਕਿੱਥੋਂ ਲੱਭਦੀਆਂ ਨੇ ਮਾਂ ਪਿਓ ਤੇ ਹਜ਼ਾਰਾਂ ਲੱਭ ਜਾਂਦੇ ਨੇ ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ ਪੁੱਤਰਾ ਤੇਰੇ ਵੱਡੇ ਵਡੇਰੇ ਨਾਰ ਹੋ ਜਨਾਨੀ ਮਰ ਜਾਏ ਕੋ ਜਨਾਨੀ ਆਉਂਦੀ ਹੈ ਮੈਂ ਤੇਰੀ ਜਨਾਨੀ ਚੁੱਪ ਕਰ ਮਾਂ ਪਿਓ ਤੇ ਫਿਰ ਲੱਭ ਜਾਂਦਾ ਔਰਤ ਜਿੰਨੇ ਕਦਰ ਨਹੀਂ ਨਾ ਕੀਤੀ ਜ਼ਲੀਲ ਹੀ ਹੋਇਆ ਪੰਜ ਲੱਖ ਦੀ ਕਮੇਟੀ ਨਿਕਲੀ ਚਾਰ ਮਹੀਨੇ ਉਹਨੂੰ ਮਰੀ ਰੱਖਿਆ ਸਾਰੇ ਪੈਸੇ ਮੁੱਕ ਗਏ ਨੇ ਤੇ ਘਰ ਆ ਗਏ ਅੱਬਾ ਮੇਰਾ ਗਾਲਾਂ ਕੱਢਣ ਲੱਗ ਪਿਆ ਮੈਂ ਕਿਹਾ ਮੈਂ ਕਮਾਏ ਹੰਨਾ ਜਨਾਨੀ ਨੂੰ ਖਵਾਏ ਨੇ ਕੀ ਹੋ ਗਿਆ ਐਵੇਂ ਤੇ ਨੀ ਸਿਆਣੇ ਆਉਂਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਜਨਾਨੀ ਦੀਆਂ ਗਾਲਾਂ ਕਿੱਥੋਂ ਲੱਭਦੀਆਂ ਅੱਬਾ ਮਰਾਂਦਾ ਬਾਰਾਂ ਸੁੱਤੀ ਪਈ ਉੱਠਦੀ ਤੇਰੀ ਜਨਾਨੀ ਕੰਮ ਕਰਵਾ ਦੇਖੋ ਮੈਂ ਕਿਹਾ ਤੁਹਾਨੂੰ ਕਾਹਦੇ ਲਈ ਰੱਖਿਆ ਜੇ ਮੇਰੀ ਜਨਾਨੀ ਨੇ ਕੰਮ ਕਰਨੇ ਹਾਂਜੀ ਸਾਹਿਬ ਉਹਨੂੰ ਮੈਂ ਪੈਰ ਨਹੀਂ ਥੱਲੇ ਲਾਣ ਦਿੰਦਾ ਬੱਚੇ ਆਪ ਸਕੂਲੇ ਛੱਡ ਕੇ ਉਹਨਾਂ ਤਿਆਰ ਕਰਕੇ ਫਰਸ਼ ਧੋਣਾ ਭਾਂਡੇ ਮੈਂ ਧੋਣਾ ਹਾਂਜੀ ਉਹਨੂੰ ਜਿੰਨਾ ਜੇ ਮੈਂ ਘੁੱਟ ਕੇ ਨਾ ਸਮਾਂ ਮੈਨੂੰ ਨੀਂਦਰ ਹੀ ਨਹੀਂ ਪੈਂਦੀ ਹੈ ਮੇਰਾ ਅੰਦਰੋਂ ਦਿਲ ਤਿੰਨ ਦਿਨ ਮੈਂ ਰੋਟੀ ਨਹੀਂ ਖਾਧੀ ਹੈ ਮੈਨੂੰ ਪਤਾ ਜਿਵੇਂ ਮੈਂ ਦਿਹਾੜੀ ਕੱਢੀ ਹੈ ਝੋਨਾ ਲੋਕਾਂ ਨੇ ਕੋਈ ਹੱਲ ਕੱਢਣੇ ਆ ਹੁਣ ਲੋਕਾਂ ਕੇ ਜ਼ਲੀਲ